ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਅਤੇ ਜਿਮੀਦਾਰਾ ਸੋਲਰ ਰਾਜਪੁਰਾ ਦੇ ਯੂਟਿਊਬ ਚੈਨਲ ਨਾਲ। ਅੱਜ ਦੀ ਇਹ ਵੀਡੀਓ ਸੋਲਰ ਸਬਮਰਸੀਬਲ ਸੋਲਰ ਸਪੈਸ਼ਲ ਮੋਟਰ ਬਾਰੇ ਵੇ, ਜਿਹੜੀ UTL ਦੇ ਪੈਨਲ ਦੇ ਨਾਲ ਅਸੀਂ ਇੰਸਟਾਲ ਕਰਦੇ ਹਾਂ, ਕਿ ਸੋਲਰ ਮੋਟਰ ਕਿੱਦਾਂ ਕੰਮ ਕਰਦੀ ਹੈ, ਕਿਹੜੇ ਮੌਸਮ ਦੇ ਵਿੱਚ ਕਿਹੋ ਜਿਹੀ ਪਰਫੋਰਮੈਂਸ ਦਿੰਦੀ ਹੈ। ਬਹੁਤ ਸਾਰੇ ਕਿਸਾਨ ਵੀਰ ਸਵਾਲ ਕਰਦੇ ਹੁੰਦੇ ਨੇ ਵੀ ਧੁੱਪ ਦੇ ਵਿੱਚ ਤਾਂ ਬਹੁਤ ਵਧੀਆ ਪਰਫੋਰਮੈਂਸ ਵਿਖਾ ਦਿੰਦੇ ਹੋ, ਬੱਦਲਵਾਈ ਦੇ ਮੌਸਮਾਂ ਦੇ ਵਿੱਚ ਕਿਵੇਂ ਪਾਣੀ ਕੱਢਦੀ ਹੈ, ਅਤੇ ਜਦੋਂ ਬਰਸਾਤ ਹੁੰਦੀ ਹੈ ਉਸ ਟਾਈਮ ਦੇ ਵਿੱਚ ਕੀ ਪਰਫੋਰਮੈਂਸ ਦਿੰਦੀ ਹੈ, ਚੱਲਦੀ ਵੀ ਹੈ ਜਾਂ ਨਹੀਂ ਚੱਲਦੀ। ਇੱਕ ਘਨੌਰ ਏਰੀਏ 'ਚ ਲੱਗੀ ਹੈ ਮੋਟਰ, ਇੱਕੋ ਮੋਟਰ ਦੇ ਉੱਤੇ ਤੁਹਾਨੂੰ ਤਿੰਨ ਤਰੀਕਿਆਂ ਦਾ ਮੌਸਮ ਵਿਖਾਵਾਂਗੇ, ਬੱਦਲਵਾਈ ਵਾਲਾ, ਧੁੰਦ ਵਾਲਾ ਅਤੇ ਧੁੱਪ ਵਾਲਾ। ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਚੁੱਕੇ ਹੋ ਵੀ ਫੁੱਲ ਧੁੱਪ ਦੇ ਵਿੱਚ ਉਹ ਪਾਣੀ ਕੱਢਦੀ ਪਈ ਸੀ। ਆ 37 ਫ੍ਰੈਕੰਸੀ 'ਤੇ ਸਿਆਲ ਦੇ ਵਿੱਚ ਧੁੰਦ ਦੇ ਮੌਸਮ ਦੇ ਵਿੱਚ ਮੋਟਰ ਚੱਲਦੀ ਪਈ ਹੈ, ਬਿਲਕੁਲ ਧੁੰਦ ਦੇ ਸਾਰੇ ਪਾਸੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਕੋਈ ਸੂਰਜ ਦਾ ਨਾਮੋ ਨਿਸ਼ਾਨ ਨਹੀਂ ਗਾ, ਫਿਰ ਵੀ ਜਿਹੜੀ ਇਹ ਮੋਟਰ ਹੈ ਭਰ ਕੇ ਪਾਣੀ ਕੱਢਦੀ ਪਈ ਹੈ। ਜਿੰਨਾ ਕੁ ਕਿਸਾਨ ਵੀਰਾਂ ਨੂੰ ਕਣਕ ਦੇ ਟਾਈਮ 'ਤੇ ਲੋੜ ਹੁੰਦੀ ਹੈ, ਉਹਨਾਂ ਸੋਲਰ ਸਿਸਟਮ ਪਾਣੀ ਦੇ ਦਿੰਦਾ। ਜਿਹੜਾ ਚੰਗਾ ਸੋਲਰ ਸਿਸਟਮ ਲੱਗਿਆ ਹੁੰਦਾ ਉਹ ਤੁਹਾਡੇ ਕਣਕ ਦੇ ਟਾਈਮ 'ਤੇ ਜੇ ਧੁੱਪ ਨਹੀਂ ਵੀ ਨਿਕਲਦੀ ਤਾਂ ਵੀ ਤੁਹਾਡਾ ਗੁਜ਼ਾਰਾ ਬਹੁਤ ਵਧੀਆ ਇਹ ਸਿਸਟਮ ਕਰਵਾ ਦਿੰਦਾ। ਇਹ 5 ਹੌਸ ਪਾਵਰ ਦੀ ਮੋਟਰ ਹੈ ਅਤੇ 60 ਫੁੱਟ ਡਿਲੀਵਰੀ ਪੈਪ ਦੇ ਨਾਲ ਚੱਲਦੀ ਪਈ ਹੈ। 18 ਪੈਨਲ ਲੱਗੇ ਨੇ ਇੱਥੇ 335 ਵਾਟ ਦੇ UTL ਸੋਲਰ ਦੇ। ਹੁਣ ਜਿਹੜੀ ਅਗਲੀ ਵੀਡੀਓ ਤੁਹਾਨੂੰ ਵਿਖਾਉਣ ਲੱਗੇ ਹਾਂ, ਇੱਥੇ 30 ਫ੍ਰੈਕੰਸੀ 'ਤੇ ਚੱਲਦੀ ਪਈ ਹੈ, 500 550 ਦੇ ਲਾਗੇ ਤਾਂ ਅੱਗੇ ਵੋਲਟੇਜ ਜਿਹੜੀ DC ਦੀ ਆਉਂਦੀ ਪਈ ਹੈ ਪੈਨਲਾਂ ਤੋਂ, ਅਤੇ 4.5 ਅੰਪੇਅਰ ਲੈ ਕੇ 194 ਵੋਲਟ ਦੇ ਨਾਲ ਇਹ ਮੋਟਰ ਚੱਲਦੀ ਪਈ ਹੈ 30 ਫ੍ਰੈਕੰਸੀ 'ਤੇ। ਮੌਸਮ ਬੱਦਲਵਾਈ ਦਾ, ਫਿਰ ਵੀ ਮੋਟਰ ਨੇ ਥੋੜ੍ਹਾ ਬਹੁਤ ਜਿੰਨਾ ਵੀ ਪਾਣੀ ਕੱਢ ਸਕਦੀ ਹੈ ਮੋਟਰ ਕੱਢਦੀ ਪਈ ਹੈ, ਕਿਉਂਕਿ ਬਾਰਿਸ਼ ਦੇ ਮੌਸਮ ਦੇ ਵਿੱਚ ਵੈਸੇ ਵੀ ਪਾਣੀ ਦੀ ਲੋੜ ਨਹੀਂ ਹੁੰਦੀ। ਚਿੱਟੇ ਬੱਦਲ ਨੇ, ਚਿੱਟੇ ਬੱਦਲਾਂ ਦੇ ਨਾਲ ਸਮਾਨ ਪੂਰਾ ਢੱਕਿਆ ਪਿਆ, ਕੋਈ ਧੁੱਪ ਨਹੀਂ ਗੀ, ਕੁਛ ਨਹੀਂ ਗਾ, ਫਿਰ ਵੀ ਇਹ ਸਿਸਟਮ ਹੈ ਜਿਹੜਾ ਚੱਲਦਾ ਪਿਆ। ਸੋ ਜਿਹੜੇ ਕਿਸਾਨ ਵੀਰਾਂ ਦੇ ਮਨ 'ਚ ਇਹ ਸ਼ੰਕਾ ਹੈ ਵੀ ਇਹ ਇਹੋ ਜਿਹੇ ਮੌਸਮਾਂ ਦੇ ਵਿੱਚ ਸੋਲਰ ਸਿਸਟਮ ਕਾਮਯਾਬ ਹੈਗਾ ਜਾਂ ਨਹੀਂ ਹੈਗਾ, ਇਹ ਇੱਕ ਵੀਡੀਓ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਹੈ। ਜੇ ਤੁਸੀਂ ਇੱਕ ਵਧੀਆ ਏ ਗ੍ਰੇਡ ਏ ਕਲਾਸ ਸਿਸਟਮ ਲਵਾਉਂਦੇ ਹੋ, ਤੁਹਾਡੇ ਹਰੇਕ ਮੌਸਮ ਦੇ ਵਿੱਚ ਤੁਹਾਡਾ ਸਾਥ ਦਿੰਦਾ ਹੈ, ਬਸ਼ਰਤ ਤੁਹਾਡਾ ਸਿਸਟਮ ਇੱਕ ਚੰਗੀ ਕੁਆਲਿਟੀ ਦਾ ਅਤੇ ਵਧੀਆ ਤਕਨੀਕ ਨਾਲ ਲੱਗਿਆ ਹੋਣਾ ਚਾਹੀਦਾ। ਜੇ ਤੁਸੀਂ ਸੋਲਰ ਮੋਟਰ ਤੋਂ ਵਧੀਆ ਪਰਫੋਰਮੈਂਸ ਲੈਣਾ ਚਾਹੁੰਦੇ ਹੋ, 335 ਵਾਟ ਦਾ ਪੋਲੀ ਕ੍ਰਿਸਟਲਾਈਨ ਦਾ ਅਤੇ 340 ਵਾਟ ਦਾ ਮੋਨੋ ਹਾਫ ਕੱਟ ਦਾ ਪੈਨਲ ਵਰਤੋ, ਅਤੇ ਪ੍ਰੋਪਰ ਨੰਬਰ ਆਫ ਪੈਨਲ ਲੱਗਣੇ ਜ਼ਰੂਰੀ ਨੇ। 3 ਹੌਸ ਪਾਵਰ ਨੂੰ 10 ਪੈਨਲ, 5 ਹੌਸ ਪਾਵਰ ਨੂੰ 18 ਪੈਨਲ, 7.5 ਹੌਸ ਪਾਵਰ ਨੂੰ 26 ਪੈਨਲ, 10 ਹੌਸ ਪਾਵਰ ਨੂੰ 36 ਪੈਨਲ, 12.5 ਹੌਸ ਪਾਵਰ ਨੂੰ 42 ਪੈਨਲ ਅਤੇ 15 ਹੌਸ ਪਾਵਰ ਨੂੰ 54 ਪੈਨਲ। ਤੁਸੀਂ ਕੋਈ ਵੀ 540 ਵਾਟ ਜਾਂ 580 ਵਾਟ ਦਾ ਪੈਨਲ ਲਾ ਕੇ ਉਨੀ ਵਧੀਆ ਪਰਫੋਰਮੈਂਸ ਨਹੀਂ ਲੈ ਸਕਦੇ ਜਿੰਨੀ ਵਧੀਆ ਪਰਫੋਰਮੈਂਸ ਤੁਸੀਂ 340 ਵਾਟ ਜਿਹੜਾ ਮੋਨੋ ਹਾਫ ਕੱਟ ਦੇ ਵਿੱਚ ਆਉਂਦਾ ਜਾਂ 335 ਵਾਟ ਪੋਲੀਕ੍ਰਿਸਟਲਾਈਨ ਦਾ ਪੈਨਲ ਲਾ ਕੇ ਲੈ ਸਕਦੇ ਹੋ। ਜਿੰਨੀ ਵਧੀਆ ਪਰਫੋਰਮੈਂਸ ਇੱਕ 10 ਹੌਸ ਪਾਵਰ ਦੀ ਮੋਟਰ 36 ਪੈਨਲਾਂ 'ਤੇ ਦਿੰਦੀ ਹੈ, ਉਨੀ ਪਰਫੋਰਮੈਂਸ ਤੁਸੀਂ ਸਿੰਗਲ ਸਟ੍ਰਿੰਗ 20 ਪੈਨਲ 540 ਵਾਟ ਮੋਨੋ ਹਾਫ ਕੱਟ ਲਾ ਕੇ ਵੀ ਨਹੀਂ ਲੈ ਸਕਦੇ। ਸੋ ਇਹ ਸੀ ਇੱਕ ਵੀਡੀਓ ਉਹਨਾਂ ਕਿਸਾਨ ਵੀਰਾਂ ਵਾਸਤੇ ਜਿਹੜੇ ਪੁੱਛਦੇ ਸਨ ਕਿ ਧੁੰਦ ਦੇ ਵਿੱਚ ਅਤੇ ਬੱਦਲਵਾਈ ਦੇ ਮੌਸਮ ਦੇ ਵਿੱਚ ਇਹ ਸਿਸਟਮ ਕਾਮਯਾਬ ਹੈਗਾ ਜਾਂ ਨਹੀਂ ਹੈਗਾ। ਵੈਸੇ ਤਾਂ ਸੋਲਰ ਮੋਟਰ ਜਿਹੜੀ ਧੁੱਪ ਦਾ ਪੰਛੀ ਹੈ, ਧੁੱਪ ਦੇ ਨਾਲ ਕੰਮ ਕਰਦਾ, ਪਰ ਮਾੜੇ ਮੌਸਮਾਂ ਦੇ ਵਿੱਚ ਵੀ ਚੰਗੇ ਜਿਹੜੇ ਏ ਗ੍ਰੇਡ ਲੱਗੇ ਹੋਏ ਸਿਸਟਮ ਨੇ ਉਹ ਬਹੁਤ ਵਧੀਆ ਪਰਫੋਰਮੈਂਸ ਦੇ ਜਾਂਦੇ ਨੇ। ਪੰਜਾਬੀ ਡੈਰੀਮੈਨ ਸੋਲਰ ਅਤੇ ਜਿਮੀਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ ਕੁਆਲਿਟੀ ਦੇ ਸਿਸਟਮ ਅਤੇ ਚੰਗੀ ਸਰਵਿਸ ਕਰਕੇ। ਜੇਕਰ ਤੁਸੀਂ ਵੀ ਇੱਕ ਵਧੀਆ ਏ ਗ੍ਰੇਡ ਸੋਲਰ ਮੋਟਰ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 9815471211। ਇਸ ਤੋਂ ਇਲਾਵਾ ਔਨ ਗ੍ਰਿਡ, ਆਫ ਗ੍ਰਿਡ ਅਤੇ ਹਾਈਬ੍ਰਿਡ ਰੂਫਟੋਪ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਦਾ ਬਟਨ ਦੱਬ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਜੁੜੇ ਰਹੋ ਸਾਡੇ ਨਾਲ, ਵਿੰਦੇ ਰਹੋ ਸੋਲਰ ਟੈਕਨੀਕਲ ਯੂਟਿਊਬ ਚੈਨਲ ਪੰਜਾਬੀ ਡੈਰੀਮੈਨ ਸੋਲਰ।